ਅੱਜ ਤਕਰੀਬਨ 15-16-13 ਮੀਟਿੰਗਾਂ ਹੈਗੀਆਂ। ਮੈਂ ਸਵੇਰ ਤੋਂ ਹੀ ਸ਼ੁਰੂ ਕਰਿਆ, ਤੁਸੀਂ ਦੇਖੋ ਗਰਮੀ ਕਿੰਨੀ ਆ, 45 ਡਿਗਰੀ ਟੈਂਪਰੇਚਰ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ 'ਚ ਬੀਬੀਆਂ, ਭੈਣ, ਬਜ਼ੁਰਗ, ਨੌਜਵਾਨ ਜਿਹੜੇ ਬਾਹਰ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆ ਰਹੇ ਹਾਂ। ਸਾਡਾ ਇਹ ਇਲਾਕਾ ਆ, ਪੁਆਧੀ ਏਰੀਆ, ਮੇਰੀਆਂ ਰਿਸ਼ਤੇਦਾਰੀਆਂ, ਪਾ ਪੜਾਓ ਸਾਰਾ ਕੁਝ ਸਾਂਝਾ ਆ, ਬੜਾ ਆਸ਼ੀਰਵਾਦ ਮਿਲ ਰਿਹਾ। ਸੋ ਮੈਂ ਤਾਂ ਤੁਸੀਂ ਦੇਖੋ ਵੀ ਪਿਛਲੇ 20-25 ਦਿਨਾਂ 'ਚ 30 ਦਿਨਾਂ 'ਚ 400 ਤੋਂ ਉੱਪਰ ਮੀਟਿੰਗਾਂ ਮੈਂ ਕਰ ਚੁੱਕਿਆ, 450 ਮੀਟਿੰਗਾਂ ਹੋ ਜਾਣੀਆਂ ਮੇਰੇ ਖਿਆਲ ਕੱਲ੍ਹ ਤੱਕ, ਅਤੇ ਜਿਹੜੇ ਮੇਰੇ ਵਿਰੋਧੀ ਆ ਉਹ 40 ਵੀ ਨਹੀਂ ਕਰ ਸਕੇ, ਕਿਉਂਕਿ ਉਹਨਾਂ ਕੋਲ ਨਾ ਤਾਂ ਵਰਕਰ ਆ, ਨਾ ਲੀਡਰਾਂ, ਦੂਸਰਾ ਜਿਹੜਾ ਲੋਕਾਂ ਨੂੰ ਧੋਖਾ ਦਿਆ ਕਾਂਗਰਸ ਨੇ ਵਾਅਦੇ ਕਰਕੇ ਮੁੱਕਰੀ ਆ, ਤੀਸਰਾ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ 1000 ਰੁਪਏ ਦੇ ਵਾਅਦੇ, 5 ਮਿੰਟ 'ਚ MSP ਦੇਣ ਦੇ ਵਾਅਦੇ, ਜਿਹੜੇ ਉਹ ਝੂਠੇ ਵਾਅਦੇ ਕਰਕੇ ਸੱਤਾ 'ਚ ਆਏ ਆ, ਅੱਜ ਲੋਕ ਸਮਝ ਚੁੱਕੇ ਆ। ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਪੰਜਾਬ 'ਚ ਆਊਗਾ। ਸ਼ਰਮਾ ਜੀ ਨੇ ਚੈਲੇਂਜ ਵੀ ਕੀਤਾ ਸੀ 47 ਡਿਗਰੀ ਦੇ ਵਿੱਚ ਟੈਂਪਰੇਚਰ ਕੋਈ 2 ਘੰਟੇ। ਹਾਂ, ਚਾਹੇ ਖੜ ਕੇ ਦੇਖ ਲੈਣੇ ਨਹੀਂ, ਮੈਂ ਤਾਂ ਖੇਤੀ ਕਰੀ ਆ, ਮੈਂ ਤਾਂ ਖੇਤੀ ਕਰੀ ਆ ਭਾਜੀ, ਮੈਂ 2 ਘੰਟੇ ਵੀ ਧੁੱਪਾਂ 'ਚ ਬੈਠ ਸਕਦਾ, ਮੇਰੇ ਵਿਰੋਧੀ ਤਾਂ 1/2 ਘੰਟਾ ਬੈਠ ਕੇ ਨਹੀਂ ਦਿਖਾ ਸਕਦੇ। ਸ਼ਰਮਾ ਜੀ ਅਸੀਂ ਵੀ ਆਏ ਆ, ਹੁਣ ਸੜਕਾਂ ਦੀ ਗੱਲ ਕਰਾਂਗੇ। ਸ਼ਰਮਾ ਜੀ ਅਸੀਂ ਵੀ ਆਏ ਆ, ਬੜਾ ਕਵਰੇਜ ਕਰ ਲਈ ਪਟਿਆਲੇ ਤੋਂ, ਸੜਕਾਂ ਦਾ ਬੁਰਾ ਬੁਰਾ ਹਾਲ ਹੈ, ਤੁਸੀਂ ਵੀ ਪਿੰਡ ਪਿੰਡ ਜਾਂਦੇ ਹੋ। ਤੁਸੀਂ ਦੇਖੋ ਭਾਜੀ, ਜਿੰਨੀਆਂ ਨੈਸ਼ਨਲ ਹਾਈ ਬੜੀਆਂ ਰੋਡ, ਥਰਮਲ ਪਲਾਂਟ, ਬਿਜਲੀ, ਜੋ ਵੀ ਪੰਜਾਬ 'ਚ ਕਰਿਆ, ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਈਆਂ ਸਾਡੀ ਸਰਕਾਰ 'ਚ ਲਾਗੂ ਹੋਈਆਂ, ਇਹ ਤਾਂ ਸਾਡੀ ਬਣਾਈ ਹੋਈ ਸੜਕਾਂ 'ਤੇ ਤੁਸੀਂ ਦੇਖ ਲਿਓ ਵੀ ਅੱਜ ਪੈਚ ਵਰਕ ਵੀ ਨਹੀਂ ਕਰ ਸਕਦੇ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਦੇ ਨਾਲ ਇਹ ਪਿੰਡਾਂ 'ਚ ਜਾ ਕੇ ਵੋਟਾਂ ਮੰਗ ਰਹੇ ਆ, ਝੂਠੀਆਂ ਗੱਲਾਂ ਕਰਕੇ, ਫਾਰਮ ਭਰਵਾ ਕੇ, ਫਰੋਡ ਕਰਕੇ ਸਰਕਾਰਾਂ ਬਣਾਈ ਦੋਨੇ ਪਾਰਟੀਆਂ ਨੇ, ਕਾਂਗਰਸ ਨੇ ਵੀ, ਆਪ ਨੇ ਵੀ, ਅਤੇ ਅੱਜ ਤੁਸੀਂ ਦੇਖੋ ਵੀ ਉਹ ਫਰੋਡ ਬੰਦੇ ਪਿੰਡਾਂ 'ਚ ਘੁੰਮ ਰਹੇ। ਭਾਜੀ ਤੁਸੀਂ ਦੇਖੋ ਵੀ 20 ਸਾਲ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਰਹੀ, 2 ਵਾਰੀ ਉਹਦਾ ਘਰ ਵਾਲਾ CM ਰਿਹਾ, ਅਤੇ ਗਾਂਧੀ ਜੀ ਵੀ 5 ਵਾਰੀ MP ਰਹੇ, ਕਦੇ ਘੱਗਰ ਦੀ ਸਮੱਸਿਆ ਦਿੱਲੀ ਦਰਬਾਰ 'ਚ ਨਹੀਂ ਚੱਕੀ। ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ? ਬਿਲਕੁਲ, ਉਹਦਾ ਮਾਸਟਰ ਪਲਾਨ ਤਿਆਰ ਕਰਾਂਗੇ, ਉਹਦੇ ਬਕਾਇਦਾ ਉਹਨੂੰ ਚੈਨਲਾਈਜ਼ ਕਰਾਂਗੇ, ਉਹਦੇ ਦੋਨੇ ਪਾਸੇ ਚੈੱਕ ਡੈਮ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੜ੍ਹ ਤੋਂ ਬਚਾਵਾਂਗੇ। ਮੇਰੇ ਕੋਲ ਸਾਰਾ ਬਲਿਊ ਪ੍ਰਿੰਟ ਆ, ਸਰਹੰਦ ਰੋਡ ਵੀ ਬਣਾਉਣੀ ਆ, ਟਰੈਕ ਵੀ ਬਣਾਉਣਾ, ਅਤੇ ਇੱਥੇ ਕੰਪਨੀਆਂ ਲਿਆਉਣੀਆਂ ਤਾਂ ਕਿ ਬੱਚਿਆਂ ਨੂੰ ਰੁਜ਼ਗਾਰ ਮਿਲੇ, ਇਹ ਸਾਰਾ ਕੁਝ ਕਰ ਰਿਹਾ। ਨਰਿੰਦਰ ਮੋਦੀ ਆਏ 23 ਤਰੀਕ ਨੂੰ, ਲੱਗਦਾ ਕਿ BJP ਵਾਲਿਆਂ ਨੂੰ ਥੋੜ੍ਹਾ ਜਿਹਾ ਬੂਸਟ ਮਿਲਦਾ ਹੈਗਾ? ਪੰਜਾਬ ਦੇ ਅੰਦਰ BJP ਦੀ ਡੁੱਬਦੀ ਬੇੜੀ ਨੂੰ ਨਾ ਕੋਈ ਪਾਰ ਨਹੀਂ ਲਾ ਸਕਦਾ, ਜਿਹੜਾ ਮਰਜ਼ੀ ਆ ਜਾਵੇ।